ਇਹ ਦਸ਼ਮੇਸ਼ ਕੰਪਨੀ ਦਾ ਸੁਪਰ ਸੀਡਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਵਰਕਿੰਗ ਦੇ ਬਾਰੇ ਇਹਦੇ ਕੁਛ ਕਿਹਾ ਨਹੀਂ ਜਾ ਸਕਦਾ ਵੀ ਕਿਸ ਤਰ੍ਹਾਂ ਦੀ ਵਰਕਿੰਗ ਹੈ, ਖੇਤ ਦੇ ਵਿੱਚ ਕਿਸ ਤਰ੍ਹਾਂ ਚੱਲੂਗਾ। ਅਤੇ ਬਣਤਰ ਇਹਦੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਬਣਾਈ ਗਈ ਹੈਗੀ। ਸੁਪਰ ਸੀਡਰ ਦੀ ਕਣਕ ਦੀ ਬਿਜਾਈ ਕਰਨ ਲਈ ਵਰਤਿਆ ਜਾਂਦਾ ਇਹ ਝੋਨੇ ਦੀ ਪਰਾਲੀ ਦੇ ਵਿੱਚ। ਪਿੱਛੋਂ ਇਸ ਤਰ੍ਹਾਂ ਦਾ ਬਣਾਇਆ ਗਿਆ, ਸਿੱਧੇ ਬੋਰ ਲਾਏ ਗਏ ਇਹਦੇ ਤਾਂ ਕਿ ਪਰਾਲੀ ਦੇ ਵਿੱਚ ਜਿਹੜੀ ਬਿਜਾਈ ਕਣਕ ਦੀ ਕੀਤੀ ਜਾ ਸਕੇ। ਇੱਕ ਸਾਈਡ ਦੇ ਪੁਲੀ ਲਾਈ ਗਈ ਹੈ ਜਿਵੇਂ ਹੈਪੀ ਸੀਡਰ ਦੇ ਆਪਣੇ ਲੱਗਿਆ ਕਰਦੀ ਸੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ। ਧੰਨਵਾਦ ਦੋਸਤੋ।